ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਤੇ ਹਰਸਿਮਰਤ ਕੌਰ ਬਾਦਲ ਨੇ ਤਿੱਖਾ ਤੰਜ ਕਸਦਿਆਂ ਕਿਹਾ ਕਿ ਜਦੋਂ ਕੇਜਰੀਵਾਲ ਆਉਣ ਤਾਂ ਸਮਝ ਲਓ ਚੋਣਾਂ ਆ ਗਈਆਂ ਨੇ। ਸੋ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਜਿਸ ਨਾਲ ਪੰਜਾਬ ਦੌਰੇ ਤੇ ਨੇ, ਸੋ ਉਹਨਾਂ ਦੇ ਇਸ ਦੌਰੇ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਤੰਜ ਕਸਿਆ। ਉਹਨਾਂ ਕਿਹਾ ਕਿ ਜਦੋਂ ਕੇਜਰੀਵਾਲ ਆਉਣ ਸਮਝ ਲਓ ਚੋਣਾਂ ਆ ਗਈਆਂ ਨੇ, ਕਿਉਂਕਿ ਉਹ ਚੋਣਾਂ ਵੇਲੇ ਹੀ ਨਜ਼ਰ ਆਉਂਦੇ ਨੇ। ਉਹਨਾਂ ਕਿਹਾ ਕਿ ਮਾਨਸਾ ਵਿੱਚ 5 ਸਾਲਾਂ ਬਾਅਦ ਕੇਜਰੀਵਾਲ ਜਿਹੜੇ ਨੇ ਉਹ ਨਜ਼ਰ ਆਏ ਨੇ। ਸੋ ਨਿਸ਼ਾਨਾ ਉਹਨਾਂ ਵੱਲੋਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਦੌਰੇ ਤੇ ਸਾਧਿਆ ਗਿਆ। ਕੇਜਰੀਵਾਲ ਆਪਣੀਆਂ ਦਿੱਲੀ ਦੀਆਂ ਨਾਕਾਮੀਆਂ ਲਈ ਪੰਜਾਬ ਨੂੰ ਕਸੂਰਵਾਰ ਠਹਿਰਾਉਂਦੇ ਨੇ। ਉਹਨੇ ਕਿਹਾ ਕਿ ਕੇਜਰੀਵਾਲ ਨੇ ਹਮੇਸ਼ਾ ਹੀ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ। ਸੋ ਗੰਭੀਰ ਇਲਜ਼ਾਮ ਹਰਸਿਮਰਤ ਕੌਰ ਬਾਦਲ ਨੇ ਸਾਧੇ ਨੇ ਅਰਵਿੰਦ ਕੇਜਰੀਵਾਲ ਦੇ, ਉਹਨਾਂ ਦੇ ਪੰਜਾਬ ਦੌਰੇ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ। ਉਹਨਾਂ ਨੇ ਟਵੀਟ ਕੀਤਾ ਤੇ ਲਿਖਿਆ, ਜਦੋਂ ਅਰਵਿੰਦ ਕੇਜਰੀਵਾਲ ਆਉਣ ਤਾਂ ਸਮਝ ਲਓ ਕਿ ਚੋਣਾਂ ਆ ਗਈਆਂ ਨੇ। ਉਹ ਮਾਨਸਾ ਵਿੱਚ 5 ਸਾਲਾਂ ਬਾਅਦ ਆਏ ਨੇ। ਉਹਨਾਂ ਦੇ ਇੱਥੋਂ ਦੇ ਵਿਧਾਇਕ ਨੇ ਪਾਰਟੀਆਂ ਬਦਲਣ ਤੋਂ ਬਗੈਰ ਕੁਝ ਵੀ ਨਹੀਂ ਕੀਤਾ, ਫਿਰ ਵੀ ਕੇਜਰੀਵਾਲ ਆਪਣੀਆਂ ਦਿੱਲੀ ਦੀਆਂ ਨਾਕਾਮੀਆਂ ਲਈ ਪੰਜਾਬ ਨੂੰ ਕਸੂਰਵਾਰ ਠਹਿਰਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਭਾਵੇਂ ਉਹ ਪ੍ਰਦੂਸ਼ਣ ਦੀ ਗੱਲ ਹੋਵੇ ਜਾਂ SYL ਨਹਿਰ ਦਾ ਮੁੱਦਾ, ਕੇਜਰੀਵਾਲ ਨੇ ਹਮੇਸ਼ਾ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਹੀ ਮਾਰਿਆ।